ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਅੱਜ ਸਾਡੇ ਨਾਲ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਨ ਸਭਾ ਹਲਕਾ ਆਤਮਨਗਰ ਤੋਂ ਦੂਸਰੀ ਵਾਰ ਵਿਧਾਇਕ ਬਣੇ ਸਿਮਰਜੀਤ ਸਿੰਘ ਬੈਂਸ ਨੇ। ਅਸੀਂ ਉਹਨਾਂ ਨਾਲ ਹਲਕੇ ਬਾਰੇ ਅਤੇ ਉਹਨਾਂ ਦੇ ਸਿਆਸੀ ਸਫ਼ਰ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬੈਂਸ ਸਾਹਿਬ, ਤੁਹਾਨੂੰ ਦੂਸਰੀ ਵਾਰ ਵਿਧਾਇਕ ਬਣਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਮੈਂ ਇਹ ਪੁੱਛਣਾ ਚਾਹੁੰਦਾ ਵੀ ਦੂਸਰੀ ਵਾਰ ਲਗਾਤਾਰ ਵਿਧਾਇਕ ਬਣਨਾ, ਇਹਦੇ ਪਿੱਛੇ ਰਾਜ ਕੀ ਆ? ਬਾਬਾ ਜੀ, ਤੁਹਾਡਾ ਔਰ ਅਜੀਤ ਵੈਬ ਟੀ ਵੀ ਦੇ ਸਤਿਕਾਰਯੋਗ ਸਾਰੇ ਪ੍ਰਬੰਧਕਾਂ ਦਾ ਮੈਂ ਧੰਨਵਾਦ ਕਰਦਾ ਔਰ ਸੰਗਤ ਦਾ ਧੰਨਵਾਦ ਅਤੇ ਬਹੁਤ ਵੱਡੀ ਅਪਾਰ ਬਖਸ਼ਿਸ਼ ਸਤਿਗੁਰਾਂ ਨੇ। ਤੁਸੀਂ ਰਾਜ ਦੀ ਗੱਲ ਕੀਤੀ ਹੈ, ਡੈਮੋਕ੍ਰੇਸੀ ਦੇ ਅੰਦਰ ਜਦੋਂ ਕੋਈ ਵੋਟਰ ਵੋਟ ਪਾਉਣ ਲੱਗਦਾ ਤਾਂ ਉਹਦਾ ਮਨਸ਼ਾ ਹੁੰਦਾ, ਜਦੋਂ ਈ ਵੀ ਐੱਮ ਦਾ ਬਟਨ ਦੱਬਦਾ ਜਾਂ ਠੱਪਾ ਲਾਉਂਦਾ ਸੀ ਪਿਛਲੇ ਪਿਛੋਕੜ ਵਾਲੇ ਬੈਲਟ ਪੇਪਰਾਂ ਦੇ ਉੱਤੇ, ਅਤੇ ਉਹਦਾ ਮਨਸ਼ਾ, ਉਹਦੇ ਦਿਲ ਦੀ ਇੱਕ ਇੱਛਾ ਹੁੰਦੀ ਹੈ ਕਿ ਜਿਹੜੇ ਉਮੀਦਵਾਰ ਨੂੰ ਮੈਂ ਵੋਟ ਪਾ ਕੇ ਨੁਮਾਇੰਦਾ ਬਣਾਉਣ ਲੱਗਿਆ, ਇਹ ਸੱਚਾਈ ਦੇ ਮਾਰਗ 'ਤੇ ਚੱਲ ਕੇ ਰਾਜਨੀਤੀ ਦਾ ਧੰਦਾ ਨਾ ਕਰੇ। ਅਰੇ, ਰਾਜਨੀਤੀ ਨੂੰ ਇੱਕ ਦੇਸ਼ ਭਗਤੀ ਦੇ ਜਜ਼ਬੇ ਵਜੋਂ ਲੈ ਕੇ ਇਮਾਨਦਾਰੀ ਦੇ ਨਾਲ ਲੋਕਾਂ ਦੇ ਕੰਮਾਂ ਪ੍ਰਤੀ ਜਵਾਬ ਦੇ, ਵਾਹਿਗੁਰੂ ਦੀ ਕਿਰਪਾ ਸੰਗਤ ਦੇ ਜ਼ਰੀਏ। ਸੋ ਇਸ ਮਾਰਗ 'ਤੇ ਸਤਿਗੁਰਾਂ ਨੇ ਤੋਰਿਆ, ਸੰਗਤ ਦੀ ਬਹੁਤ ਵੱਡੀ ਅਸੀਸ ਰਹੀ ਹੈ, ਸੰਗਤ ਨੇ ਫਤਿਹ ਦਿੱਤੀ ਹੈ ਇਤਿਹਾਸਕ ਮਾਰਜਨ ਦੇ ਉੱਤੇ। ਐਸੀਆਂ ਐਸੀਆਂ ਉਦਾਹਰਨਾਂ ਮੇਰੇ ਹਲਕੇ ਦੇ ਵਿੱਚ ਐਸੀਆਂ ਐਸੀਆਂ ਐਗਜ਼ਾਮਪਲ ਸੈੱਟ ਹੋ ਗਈਆਂ ਵੀ ਕਾਂਗਰਸ ਅਤੇ ਅਕਾਲੀ ਇਕੱਠੇ ਹੋ ਗਏ, ਤੱਕੜੀ ਵਾਲੇ ਕਹਿ ਰਹੇ ਆ ਕਿ ਪੰਜੇ ਨੂੰ ਵੋਟ ਪਾ ਦਿਓ, ਮੇਰੇ ਕੋਲ ਆਡੀਓ ਕਲਿਪਸ ਨੇ ਜਿੱਥੇ ਤੱਕੜੀ ਦੇ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਆਪਣੇ ਥੱਲੜੇ ਬੰਦਿਆਂ ਨੂੰ ਹੁਕਮ ਚਾੜ ਰਿਹਾ ਵੀ ਪੰਜੇ ਨੂੰ ਵੋਟ ਪਾ ਦਿਓ, ਅਤੇ ਪੰਜੇ ਯਾਰ ਤੱਕੜੀ ਦੀ ਵੋਟ ਰਲਾ ਕੇ ਵੀ ਉਹ ਜਿਹੜੀ ਸੰਗਤ ਨੇ ਮੈਨੂੰ ਅਸੀਸ ਦਿੱਤੀ ਆ ਉਹਦੇ ਤੋਂ ਬਹੁਤ ਪਛੜੇ ਹੋਏ ਆ। ਲੋਕਾਂ ਨੇ ਇੱਕ ਬਹੁਤ ਵੱਡਾ ਇਤਿਹਾਸ ਲਿਖਿਆ, ਮੈਂ ਨਹੀਂ ਲਿਖਿਆ, ਇਹ ਰਾਜ ਮੇਰੇ ਕੋਲ ਨਹੀਂ ਗਾ, ਇਹ ਰਾਜ ਵੋਟਰਾਂ ਦੇ ਕੋਲ ਆ। ਵੋਟਰ ਜਾਣਦੇ ਆ ਸੱਚਾਈ ਕੀ ਆ, ਮੈਂ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜਾਵਾਂ, ਦੂਸਰੇ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜਾਣ, ਪਰ ਜਿਹੜੀ ਸੱਚਾਈ ਆ ਉਹ ਵੋਟਰ ਜਾਣਦਾ, ਅਤੇ ਲੋਕਾਂ ਨੇ ਸੱਚਾਈ ਪ੍ਰਗਟ ਕੀਤੀ ਹੈ। ਇੱਕ ਵਿਧਾਇਕ ਵਜੋਂ ਵਿਧਾਨ ਸਭਾ 'ਚ ਤੁਹਾਡਾ ਰੋਲ ਕੀ ਹੋਊਗਾ? 5 ਸਾਲ ਰੋਲ ਰਿਹਾ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ, ਬੈਂਸ ਬ੍ਰਦਰ ਪੰਜਾਬ ਦੇ ਚੌਕੀਦਾਰ ਨੇ, MLA ਨਹੀਂ, ਲੀਡਰ ਨੇਤਾ ਨਹੀਂ, ਵਾਚਮੈਨ। ਜਿਵੇਂ ਆਪਾਂ ਕਲੋਨੀ ਮੁਹੱਲੇ ਪਿੰਡ ਦੇ ਵਿੱਚ ਵਾਚਮੈਨ ਰੱਖਦੇ ਹਾਂ, ਜਿੱਥੇ ਚੰਗਾ ਤਕੜਾ ਡਾਂਗ ਖੜਕਾ ਕੇ ਰਾਤ ਨੂੰ ਜਾਗਦੇ ਰਹੋ, ਉਹਦਾ ਪਹਿਰਾ ਲਾਉਣ ਵਾਲਾ ਵਾਚਮੈਨ ਹੋਵੇ, ਅਤੇ ਉੱਥੇ ਚੋਰ ਚੱਕੇ ਘੱਟ ਡਰਦੇ ਆ। ਸੋ ਪੰਜਾਬ ਵਿਧਾਨ ਸਭਾ ਦੇ ਅੰਦਰ ਜਿੱਥੇ ਲੋਕਾਂ ਨਾਲ ਕੋਈ ਨਾ ਇਨਸਾਫ਼ੀ ਹੋਏਗੀ, ਜਿੱਥੇ ਪੰਜਾਬ ਦੇ ਰੈਵਨਿਊ ਦੀ ਕੋਈ ਲੀਕੇਜ ਹੋਏਗੀ, ਜਿੱਥੇ ਕੋਈ ਲੁੱਟ ਕਸੁੱਟ ਦੇ ਮਨਸੂਬੇ ਹੋਣਗੇ, ਅਤੇ ਉੱਥੇ ਸਿਮਰਜੀਤ ਸਿੰਘ ਬੈਂਸ, ਬੈਂਸ ਬ੍ਰਦਰ ਪਿਛਲੀ ਵਾਰੀ 2 ਸੀ ਅਤੇ ਐਤਕੀ 22 ਹੈ, ਅਤੇ ਉੱਥੇ ਪਹਿਰੇਦਾਰੀ ਕਰਾਂਗੇ, ਪੰਜਾਬ ਦੇ ਲੋਕਾਂ ਦੀ ਚੌਕੀਦਾਰਾ ਕਰਾਂਗੇ ਉੱਥੇ। ਨਵੀਂ ਸਰਕਾਰ ਦੀਆਂ 5 ਤਰਜੀਹਾਂ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ? ਸਰਕਾਰ ਦਾ ਜੇ ਮੈਨੀਫੈਸਟੋ ਕਾਂਗਰਸ ਪਾਰਟੀ ਦਾ ਪੜ੍ਹ ਲਓ ਤਾਂ ਉਹੀ ਤਰਜੀਹਾਂ ਨੇ ਉਹਨਾਂ ਦੀਆਂ। ਮੈਨੀਫੈਸਟੋ ਪੜ੍ਹਦਾ ਅਤੇ ਉਹਦੇ 'ਚ ਆ ਵੀ ਹਰ ਘਰ ਨੌਕਰੀ, ਮੈਨੀਫੈਸਟੋ ਪੜ੍ਹਦਾ ਅਤੇ ਉਹਦੇ 'ਚ ਲਿਖਿਆ ਵੀ ਮਾਫੀਆ ਰਾਜ ਦਾ ਸਮਾਪਤੀ, ਉਹਦੇ 'ਚ ਲਿਖਿਆ ਕਿ ਕਰਪਸ਼ਨ ਦੀ ਸਮਾਪਤੀ, ਚਿੱਟੇ ਦੀ ਪੰਜਾਬ ਦੀ ਧਰਤੀ ਤੋਂ ਸਮਾਪਤੀ। ਸੋ ਪੰਜਾਬ ਸਰਕਾਰ, ਅਸੀਂ ਮੋਸਟ ਵੈਲਕਮ, ਅਸੀਂ ਕੰਸਟਰਕਟਿਵ ਅਪੋਜੀਸ਼ਨ ਕਰਾਂਗੇ, ਡਿਸਟਰਕਟਿਵ ਨਹੀਂ। ਕੰਸਟਰਕਟਿਵ ਦਾ ਮਤਲਬ ਜਿਹੜੀਆਂ ਸਰਕਾਰ ਦੀਆਂ ਤੁਸੀਂ ਪੁੱਛਿਆ ਕਿ 5 ਪ੍ਰਾਥਮਿਕਤਾਵਾਂ ਕੀ ਚਾਹੀਦੀਆਂ ਨੇ, ਸਭ ਤੋਂ ਪਹਿਲੀ ਪ੍ਰਾਥਮਿਕਤਾ ਪੰਜਾਬ ਦੀ ਧਰਤੀ ਤੋਂ ਚਿੱਟੇ ਦਾ ਖਾਤਮਾ, ਨਸ਼ਿਆਂ ਦਾ ਖਾਤਮਾ, ਜਿਹੜਾ ਕਿ ਇੱਕ ਮਾਫੀਆ ਪਿਛਲੀ ਸਰਕਾਰ ਦੇ ਮੰਤਰੀਆਂ ਦੀ ਸਰਪ੍ਰਸਤੀ ਦੇ ਹੇਠ, ਸਰਕਾਰ ਚਲਾਉਣ ਵਾਲੇ ਟੱਬਰ ਦੀ ਸਰਪ੍ਰਸਤੀ ਦੇ ਹੇਠ। ਦੂਸਰੀ ਪ੍ਰਾਥਮਿਕਤਾ ਪੰਜਾਬ ਦੇ ਅੰਦਰੋਂ ਬੇਰੁਜ਼ਗਾਰੀ ਦਾ ਖਾਤਮਾ। ਤੀਸਰੀ ਪ੍ਰਾਥਮਿਕਤਾ ਪੰਜਾਬ ਦੇ ਅੰਦਰ ਜਿਹੜਾ ਮਾਫੀਆ ਰਾਜ ਰਿਹਾ, ਮਾਫੀਆ ਰਾਜ ਦਾ ਮਤਲਬ ਹੈ ਕੇਬਲ ਮਾਫੀਆ, ਸੈਂਡ ਮਾਫੀਆ, ਬਜਰ ਮਾਫੀਆ, ਟਰਾਂਸਪੋਰਟ ਮਾਫੀਆ, ਇਸ ਮਾਫੀਏ ਦੀ ਪਕੜ ਤੋਂ ਮੁਕਤੀ ਪੰਜਾਬ ਨੂੰ ਦਵਾਉਣਾ। ਦੇਖਾਂਗੇ ਵੀ ਇਹ ਕਿੱਥੇ ਕਿੰਨੇ ਕੁ ਸਫਲ ਹੁੰਦੇ ਆ 5 ਪ੍ਰਾਥਮਿਕਤਾਵਾਂ ਦੇ ਵਿੱਚ, ਪ੍ਰਾਇਓਰਿਟੀ ਦੇ ਵਿੱਚ। ਇਹ ਗੱਲਾਂ ਜਿਹੜੀਆਂ ਮੈਂ ਬੋਲ ਕੇ ਹਟਿਆ, ਇਹ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਨੇ, ਅਤੇ ਆਸ ਕਰਦਾ ਵੀ ਉਹ ਇਹ ਪੂਰੀਆਂ ਕਰਨ। ਆਪਣੇ ਹਲਕੇ ਦੇ ਵਿਕਾਸ ਲਈ ਤੁਸੀਂ ਕੀ ਕੀ ਕਰਨਾ ਚਾਹੁੰਦੇ ਹੋ? ਪਿੱਕ ਐਂਡ ਚੂਜ਼ ਪਿਛਲੀ ਸਰਕਾਰ ਨੇ ਦੱਬ ਕੇ ਕੀਤਾ, ਅਤੇ ਵਾਹਿਗੁਰੂ ਦੀ ਕਿਰਪਾ ਲੋਕਾਂ ਨੇ ਕਰਾਰੀ ਚਪੇੜ ਮਾਰ ਕੇ ਜਵਾਬ ਦਿੱਤਾ, ਅਤੇ ਮੇਰਾ ਇਹ ਸਰਕਾਰ ਹੋਣ ਵਾਲੀ ਨੂੰ ਸੁਝਾਅ ਕਿ ਜੋ ਪਿਛੋਕੜ ਦੇ ਵਿੱਚ ਪਿੱਕ ਐਂਡ ਚੂਜ਼ ਪਿਛਲੀ ਸਰਕਾਰ ਨੇ ਕੀਤਾ, ਅਤੇ ਲੋਕਾਂ ਨੇ ਉਹਨਾਂ ਦਾ ਹਸ਼ਰ ਕੀ ਕੀਤਾ। ਪ੍ਰਾਥਮਿਕਤਾ ਡਿਵੈਲਪਮੈਂਟ,
ਪ੍ਰਾਥਮਿਕਤਾ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਰੋਜ਼ਮਰਾ ਦੀਆਂ ਸਰਕਾਰੀ ਦਫ਼ਤਰਾਂ ਦੇ ਵਿੱਚ ਬਾਬੂਗਿਰੀ ਜਿਹੜੀ ਛਿੱਲ ਲਾਉਂਦੀ ਹੈ, ਖੱਜਲ ਖੁਆਰ ਕਰਦੀ ਹੈ, ਅਤੇ ਉਹ ਖੱਜਲ ਖੁਆਰੀ ਅਤੇ ਰਿਸ਼ਵਤਖੋਰੀ ਬੰਦ ਹੋ ਕੇ ਲੁਧਿਆਣਾ ਮੈਟਰੋਪੋਲੀਟਨ ਸਿਟੀ ਆਫ ਪੰਜਾਬ ਐਂਡ ਮਾਨਚੈਸਟਰ ਆਫ ਹਿੰਦੁਸਤਾਨ ਅਤੇ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਸਰਕਾਰ ਦੇ ਏਜੰਡੇ ਦੇ ਉੱਤੇ ਪ੍ਰਾਥਮਿਕਤਾ 'ਤੇ ਚਾਹੀਦੀ ਹੈ। ਯਤਨ ਕਰੂੰਗਾ ਕਿ ਉਹ ਪੰਜਾਬ ਵਿਧਾਨ ਸਭਾ ਦੇ ਅੰਦਰ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰਾਂ ਕਿ ਲੁਧਿਆਣੇ ਦੀ, ਮੇਰੇ ਇਕੱਲੇ ਹਲਕੇ ਦੀ ਨਹੀਂ, ਪੂਰੇ ਲੁਧਿਆਣੇ ਦੀ, ਜਿਹੜਾ ਮਾਨਚੈਸਟਰ ਆਫ ਹਿੰਦੁਸਤਾਨ ਹੈ, ਜਿਹੜਾ ਸਭ ਤੋਂ ਵੱਡਾ ਆਰਥਿਕ ਰਾਜਧਾਨੀ, ਸਭ ਤੋਂ ਵੱਡਾ ਰੈਵਨਿਊ ਦੇਣ ਵਾਲੇ ਲੁਧਿਆਣਾ ਦੇ ਲੋਕ ਆ, ਅਤੇ ਪਿਛੋਕੜ 'ਚ ਸਾਡਾ ਰੈਵਨਿਊ ਲੈ ਕੇ ਰੇਤਲੇ ਮਾਰੂਥਲਾਂ ਦੇ ਵਿੱਚ ਡਿਵੈਲਪਮੈਂਟ ਹੋਈ ਆ। ਸੋ ਮੈਂ ਪੰਜਾਬ ਵਿਧਾਨ ਸਭਾ ਦੇ ਅੰਦਰ ਸਰਕਾਰ ਨੂੰ ਇਸ ਗੱਲ ਵਾਸਤੇ ਰਾਜ਼ੀ ਕਰਾਂਗਾ, ਦਬਾਅ ਵੀ ਬਣਾ ਕੇ ਰੱਖਾਂਗਾ ਕਿ ਲੁਧਿਆਣਾ ਸ਼ਹਿਰ ਦੀ ਤਰੱਕੀ, ਇੰਡਸਟਰੀ ਦੀ ਜਿਹੜੀ ਵਿਗੜੀ ਹੋਈ ਆ ਹਾਲਤ ਆ, 20,000 ਤੋਂ ਵੱਧ ਸਾਡੀ ਪੰਜਾਬ ਦੀ ਇੰਡਸਟਰੀ ਤਬਾਹ ਹੋਈ ਆ, ਉਹਨੂੰ ਦੁਬਾਰਾ ਆਪਣੇ ਪੈਰਾਂ ਸਿਰ ਲੈ ਕੇ ਆਉਣ ਵਾਸਤੇ। ਬੈਂਸ ਸਾਹਿਬ, ਜਿਵੇਂ ਤੁਹਾਨੂੰ ਪਤਾ ਕਿ ਪੰਜਾਬ ਦੇ ਸਿਰ 1.5 ਲੱਖ ਕਰੋੜ ਤੋਂ ਵੱਧ ਕਰਜ਼ਾ, ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਹੋ ਸਕਣਗੇ? ਬਾਬਾ ਜੀ, ਇਕੱਲਾ 1.5 ਲੱਖ ਕਰੋੜ ਨਹੀਂ, ਤਕਰੀਬਨ 3 ਲੱਖ ਕਰੋੜ ਰੁਪਏ ਦਾ ਕਰਜ਼ਾ ਬਣਦਾ, 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਕਿਸਾਨੀ ਦੇ ਉੱਪਰ ਵੀ ਹੈ, ਜਿਹੜਾ ਕਿ ਕੈਪਟਨ ਸਾਹਿਬ ਨੇ ਵੋਟਾਂ ਦੇ ਦਿਨਾਂ ਵਿੱਚ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਕਰਜ਼ਾ ਮੁਕਤ ਕਰਾਂਗਾ। ਤਕਰੀਬਨ 3 ਲੱਖ ਕਰੋੜ ਰੁਪਈਏ ਦਾ ਕਰਜ਼ਾ, ਔਰ ਮੇਰਾ ਇਹ ਵਿਸ਼ਵਾਸ ਹੈ ਕਿ ਜੇ ਕੈਪਟਨ ਸਰਕਾਰ ਆਪਣੇ ਪਿਛੋਕੜ ਵਾਲੇ ਕੰਮਾਂ 'ਚ ਨਾ ਗਈ, ਜੈਸਾ ਕਾਂਗਰਸ ਪਾਰਟੀ ਦਾ ਪਿਛੋਕੜ ਰਿਹਾ ਵੀ ਇਹਨਾਂ ਨੇ ਵੀ ਪੂਰਾ ਜਿਹੜਾ ਹੜਦੁੰਗ ਮਚਾ ਕੇ ਸਮਾਨ ਇਕੱਠਾ ਕੀਤਾ, ਜੇ ਉਧਰੋਂ ਇਹ ਬਚ ਕੇ ਰਹੇ, ਤਾਂ ਪੰਜਾਬ ਕੋਲ ਸੋਰਸਿਸ ਬਹੁਤ ਨੇ, ਪੰਜਾਬ ਦੇ ਅੰਦਰ ਜੇ ਕਰਪਸ਼ਨ ਦਾ ਖਾਤਮਾ ਸਾਰੇ ਮਹਿਕਮਿਆਂ ਦੇ ਵਿੱਚੋਂ ਹੋ ਜੇ, ਤਾਂ ਅਸੀਂ ਜਿਹੜੀ ਇਹ ਕਰਜ਼ੇ ਦੀ ਪਾਂਡਾ ਅਸੀਂ ਉਤਾਰ ਸਕਦੇ ਹਾਂ, ਆਸ ਕੀਤੀ ਜਾ ਸਕਦੀ ਵੀ ਇਹ ਕਰਜ਼ਾ ਉਤਾਰਿਆ ਜਾ ਸਕਦਾ। ਅਤੇ ਜੇ ਇਹ ਵੀ ਬਾਦਲਾਂ ਵਾਲੇ ਪੈਟਰਨ 'ਚ ਰਹੇ ਜਾਂ ਆਪਣੇ ਪੁਰਾਣੇ ਪੈਟਰਨ 'ਚ ਰਹੇ, ਤਾਂ ਫਿਰ ਇਹ ਆਸ ਕਰਨਾ ਬੇਫਜ਼ੂਲ ਹੈ। ਤੁਹਾਡੇ ਮੁਤਾਬਕ ਜਿਹੜੇ ਚੋਣ ਵਾਅਦੇ ਕਰਦੇ ਨੇ ਉਹਨਾਂ ਲਈ ਪਾਰਟੀਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ, ਰਾਜਸੀ ਪਾਰਟੀਆਂ ਨੂੰ? ਤਾਂ ਮੈਂ ਤਾਂ ਇਹ ਇਲੈਕਸ਼ਨ ਕਮਿਸ਼ਨ ਨੂੰ ਆਪਣੇ ਵੱਲੋਂ ਵੀ ਇੱਕ ਚਿੱਠੀ ਲਿਖਣ ਜਾ ਰਿਹਾ ਕਿ ਜਿੰਨੇ ਚੋਣ ਮੈਨੀਫੈਸਟੋ ਦੇ ਵਿੱਚ ਪੋਲੀਟੀਕਲ ਪਾਰਟੀਆਂ ਲੀਡਰਸ਼ਿਪ ਵਾਅਦੇ ਕਰਦੀ ਆ, ਅਤੇ ਉਹ ਸਾਰੇ ਕਾਨੂੰਨ ਦੇ ਦਾਇਰੇ ਘੇਰੇ 'ਚ ਆਉਣੇ ਚਾਹੀਦੇ, ਵਰਗਲਾ ਕੇ ਹਿਪਨੋਟਾਈਜ਼ ਕਰਕੇ ਲੋਕਾਂ ਕੋਲੋਂ ਵੋਟਾਂ ਲੈ ਲਓ, ਅਤੇ ਮੁੜ ਕੇ 5 ਸਾਲ ਵਾਅਦੇ ਪੂਰੇ ਕਰਨੇ ਤਾਂ ਦੂਰ ਦੀ ਗੱਲ ਆ, ਲੋਕਾਂ ਨੂੰ ਦਰਸ਼ਨ ਨਾ ਦਿਓ। ਸੋ ਇਹ ਜਿੰਨੇ ਚੋਣ ਮੈਨੀਫੈਸਟੋ ਵਾਅਦੇ ਨੇ ਚੋਣਾਂ ਦੇ ਦੌਰਾਨ ਪੋਲੀਟੀਕਲ ਪਾਰਟੀਆਂ ਵੱਲੋਂ ਕੀਤੇ ਹੋਏ, ਕਾਨੂੰਨ ਘੇਰੇ ਦੇ ਵਿੱਚ ਆਉਣੇ ਚਾਹੀਦੇ ਆ, ਦਾਇਰੇ 'ਚ ਆਉਣੇ ਚਾਹੀਦੇ ਆ। ਬੈਂਸ ਸਾਹਿਬ, ਆਖਰੀ ਵਿੱਚ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਆਪਣੇ ਹਲਕੇ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਕੋਈ ਕਹਿਣ ਜੋਗਾ ਨਹੀਂ, ਮੈਂ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਹੁਕਮ ਮੰਨਦਾ, ਜੋ ਸੰਗਤ ਮੈਨੂੰ ਹੁਕਮ ਦਿੰਦੀ ਹੈ ਅਤੇ ਮੈਂ ਸੰਗਤ ਦਾ ਚੌਕੀਦਾਰ ਹਾਂ, ਪੰਜਾਬ ਦੇ ਲੋਕਾਂ ਦਾ ਮੈਂ ਵਾਚਮੈਨ ਹਾਂ, ਮੈਨੂੰ ਜੋ ਪੰਜਾਬ ਦੇ ਲੋਕ ਹੁਕਮ ਲਾਉਂਦੇ ਆ, ਸੋ ਇਹ ਵਾਚਮੈਨ ਉਹਨਾਂ ਦੇ ਹੁਕਮ ਅਨੁਸਾਰ ਸੇਵਾ ਕਰਦਾ, ਮੈਂ ਲੋਕਾਂ ਨੂੰ ਕੋਈ ਕਹਿਣ ਵਾਲਾ ਨਹੀਂ, ਉਹਨਾਂ ਦੀ ਸੁਣਨ ਵਾਲਾ ਮੈਂ। ਸੋ ਇਹ ਸੀ ਸਿਮਰਜੀਤ ਸਿੰਘ ਬੈਂਸ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ।